ਕਿਸਨੇ ਕਿਹਾ ਕਿ ਜਸੂਸੀ ਕਰੋ ਕਿੱਥੋਂ ਸ਼ੁਰੂਆਤ ਹੁੰਦੀ ਹੈ ਉਹ ਸਾਡੇ ਨਾਲ ਗੱਲਬਾਤ ਹੋਈ ਕਿ ਤੁਸੀਂ ਇੱਥੇ ਦਿਹਾੜੀਆਂ ਲਾਉਂਦੇ ਸ਼ਹਿਰਾਂ ਦਾ ਕੰਮ ਕਰਦੇ ਹੋ ਅਗਰ ਤੁਹਾਨੂੰ ਕੋਈ ਅੱਛੀ ਜੋਬ ਜਾਂ ਨੌਕਰੀ ਮਿਲ ਜਾਵੇ ਤੁਹਾਨੂੰ ਤਾਂ ਕੰਮ ਕਰੋਗੇ ਅਸੀਂ ਪੁੱਛਿਆ ਕਿਹੋ ਜਿਹਾ ਕੰਮ ਆ ਕਹਿਣ ਲੱਗਾ ਪਾਕਿਸਤਾਨ ਜਾਣਾ ਤੁਹਾਨੂੰ ਸਰਕਾਰੀ ਨੌਕਰੀ ਮਿਲ ਸਕਦੀ ਆ ਅਗਰ ਤੁਸੀਂ ਫੜੇ ਜਾਂਦੇ ਤੁਹਾਨੂੰ ਪੈਸਾ ਬਹੁਤ ਜ਼ਿਆਦਾ ਮਿਲੇਗਾ ਸਰਾਏ ਰਾਜ ਸਾਨੂੰ ਆਖਣ ਲੱਗੇ ਕਿ ਸਾਡੇ ਲਈ ਕੰਮ ਕਰੋ ਇਹ ਕਹਿੰਦੇ ਪਾਕਿਸਤਾਨ ਬੰਬ ਚਲਾਉਣਾ ਇਹ ਕਹਿੰਦੇ ਲੱਖ 50 ਲੱਖ ਰੁਪਇਆ ਦਿਓ ਚਲਾਉਣੇ ਕਿਹੜੇ ਸੰਦੀ ਫੋਟੋ ਆਏ ਇਹ 1995 ਦੀ ਜਿੱਥੇ ਸਰਜੀਤ ਸਾਡੇ ਨਾਲ ਰਿਹਾ ਵਾ ਅਸੀਂ ਇਕੱਠੇ ਇੱਕੋ ਜੇਲ੍ਹ 'ਚ ਰਹੇ ਜਦੋਂ ਬੰਦਾ ਫੜਿਆ ਜਾਂਦਾ ਉੱਥੇ ਗੋਰਾ ਜੇਲ੍ਹ 'ਚ ਖੜਦੇ ਨੇ ਉੱਥੇ ਆਰਮੀ ਇੰਟਰਕਟ ਕਰਦੀ ਹੈ ਉੱਥੇ ਅਸੀਂ ਮੂੰਹ ਨਹੀਂ ਖੋਲਿਆ ਅਸੀਂ ਮਾਰ ਖਾਧੀ ਰਾਤ ਨਾਲ ਲਿਆ ਨਾ ਜਸੂਸੀ ਦੇ ਨਾਲ ਲਿਆ ਉੱਥੇ ਕੀ ਕੰਮ ਹੁੰਦੇ ਸੀਗੇ ਐਜ ਏ ਜਸੂਸ ਪਾਕਿਸਤਾਨ 'ਚ ਕੀ ਕੰਮ ਕਰਦੇ ਸੀ ਸਾਨੂੰ ਤਾਂ ਭੇਜਦੇ ਰਹੇ ਆ ਕਿ ਤੁਸੀਂ ਜਾ ਕੇ ਰੇਲਵੇ ਟਾਈਮ ਟੇਬਲ ਲੈ ਕੇ ਆਓ ਫੁਲਾਂ ਦੀ ਫੋਟੋਆਂ ਲੈ ਕੇ ਆਓ ਕੋਈ ਸਾਬਕਾ ਫੌਜੀ ਲੈ ਆਵੋ ਜਾਂ ਅਨ ਸਿਵਲੀਅਨ ਬੰਦਾ ਕੋਲ ਲੈ ਕੇ ਸਾਨੂੰ ਸਰਕਾਰ ਦੇ ਮਿਲਾਓ ਅਨ ਸਿਵਲੀਅਨ ਬੰਦੇ ਨੂੰ ਕਿੱਥੇ ਮਿਲਾਉਂਦੇ ਸੀ ਲਿਆ ਕੇ ਉਹਨਾਂ ਨੂੰ ਆਪਣੀ ਏਜੰਸੀ ਮਿਲਵਾ ਲਿਆ ਕਿੱਥੇ ਗੁਰਦਾਸਪੁਰ ਲਿਆ ਕੇ ਉੱਧਰ ਪਾਕਿਸਤਾਨ ਦੇ ਰੇਂਜਰ ਹੁੰਦੇ ਨੇ ਬਾਰਡਰ ਕਿਵੇਂ ਪਾਰ ਕਰਦੇ ਸੀ ਸਾਡੀ ਤਾਰ ਹੈ ਉਹਨਾਂ ਦੀ ਤਾਰ ਹੈ ਨਹੀਂ ਹੁਣ ਇਹ ਨਫਰੀ ਬਹੁਤ ਘਟ ਆ ਕਦੇ ਕੋਈ ਇਹੋ ਜਿਹੀ ਸਿਚੁਏਸ਼ਨ ਬਣੀ ਵੀ ਕਿਤੇ ਮੁਕਾਬਲਾ ਨਾ ਹੋ ਜੀ ਕਿਤੇ ਘਿਰ ਗਏ ਹੋ ਉੱਥੇ ਪਤਾ ਲੱਗ ਗਿਆ ਹੋ ਹਾਂਜੀ ਹਾਂਜੀ ਹਾਲੇ ਹੀ ਤਾਂ ਚੜਨ ਲੱਗੇ ਆ ਉਦੋਂ ਉਹਦੇ ਇੰਜਰ ਦੀ ਪਾਰਟੀ ਥੱਲੇ ਉਤਰਨੀ ਤਿੰਨ ਬੰਦੇ ਅਸੀਂ ਉੱਥੇ ਉੱਥੇ ਡਰ ਗਏ ਜਸੂਸ ਹੈ ਕੋਡਾਂ 'ਚ ਕੰਮ ਕਰਦੇ ਨੇ ਕੋਡ ਲੈਂਗੁਏਜ ਹੁੰਦੀ ਹੈ ਤੁਹਾਡੀ ਹਾਂਜੀ ਹਾਂਜੀ ਕਿਉਂਕਿ ਵਾਪਸ ਆਉਣਾ ਵਾ ਅਤੇ BSF ਨੂੰ ਸਾਡਾ ਕੀ ਹੁੰਦਾ ਸੀਗਾ ਕੌਣ ਕਲਾਕਾਰ ਯੈਸ ਬੰਦੇ ਕੰਮ ਕਰ ਰਹੇ ਹੋਣਗੇ ਹੁਣ ਵੀ ਲੱਗੇ ਹੋਣਗੇ ਬੰਦੇ ਸਰਕਾਰਾਂ ਦੇ ਕੰਮ ਤਾਂ ਰੁਕਦੇ ਨਹੀਂ ਕੋਈ ਨਾ ਕੋਈ ਲਹੂਗਾ ਵਧੀਆ ਲੱਗਦਾ ਸੀ ਉਦੋਂ ਜੋ ਜਸੂਸ ਹੁੰਦੇ ਸੀ ਉਦੋਂ ਪੂਰਾ ਮਾਣ ਹੁੰਦਾ ਸੀ ਵੀ ਦੇਸ਼ ਲਈ ਕੰਮ ਕਰ ਰਹੇ ਹਾਂ ਬੜਾ ਮਾਣ ਜੀ ਪੂਰਾ ਮਾਣ ਪੁਲਿਸ ਬਸ ਨਾਲ ਸਾਡਾ ਪੂਰਾ ਟੌਰ ਸੀਗਾ ਥਾਣੇ ਬਿਠਾਣੇ ਕੋਈ ਗੱਲ ਹੋਣੀ ਉਸੇ ਉਹ ਕੈਂਡੀ ਮਾਰਨ ਚੱਲ ਬੰਦਾ ਬਾਹਰ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਏਜੰਸੀਆਂ ਭੇਜਦੀਆਂ ਹਾਂਜੀ ਪੁਲਿਸ ਵਾਲੇ ਰੋ ਦੇ ਬੰਦਿਆਂ ਨੂੰ ਕੁਛ ਨਹੀਂ ਕਹਿੰਦੇ ਬੜੀ ਤਕੜੀ ਏਜੰਸੀ ਇਹਨਾਂ ਨੂੰ ਵੀ ਕਹਿਣਾ ਤੁਹਾਨੂੰ ਕੀ ਲੱਗਦਾ ਮਦਦ ਕਰੇਗਾ ਕੋਈ ਕਦੇ ਹੁਣ ਤਾਂ ਵਿਸ਼ਵਾਸ ਹੀ ਉੱਠ ਗਿਆ ਵੇ ਬਸ ਖੁਦਾ ਦਾ ਵਿਸ਼ਵਾਸ ਹੈ ਬਸ ਕੇ ਬਹੁਤ ਮਤ ਕਰੇ ਹੁਣ ਮੇਰੀ ਮਿਸਰ ਆ ਸ਼ਾਇਦ ਜਾਂਦੀ ਲੋਕਾਂ ਨੇ ਭਾਂਡੇ ਮਾਂਜਦੀ ਹੈ ਮੈਂ ਰਿਕਸ਼ਾ ਚਲਾਉਂਦਾ ਵਾਂ ਮੈਂ ਬੱਚੇ ਪਾਲਣਦੇ ਹਾਂ आज की ताजा तरीन और गर्मा गर्म खबर यह है कि एक भारतीय न्यूज चैनल ने साबिक रा का एजेंट जो है उसका इंटरव्यू किया इसका नाम डैनियल है और इसने इंकशाफ किया है कि रा जो है वो उसका नेटवर्क पाकिस्तान में फैला हुआ है और रा ने इसे 1990 में जो है पाकिस्तान भेजा था जासूसी के लिए पाकिस्तानी सिक्योरिटी फोर्सेज के हत्थे चढ़ गया और 4 साल ये जेल में रहा न्यूज चैनल से बात करते हुए उसने इतराफ किया कि पाकिस्तान तकरीबी सरगर्मियों को अंजाम देने के लिए भारत में जासूस नहीं भेजता बल्कि भारत अक्सर पाकिस्तानी इलाके में जासूस भेजता है डैनियल ने बताया कि एक और भारतीय जासूस राजू इस वक्त पाकिस्तान में है डैनियल ने इतराफ किया कि भारतीय हुकूमत अपने पड़ोसी मुल्क में जासूस भेजती रहती है चंद माह पहले एक इंटरव्यू में डीजी ISPR ने भी इस चीज का इंकशाफ किया था कि राजू है वो 10 मिलियन रुपए जो है वो अदा करती है पाकिस्तान में बम धमाके के लिए अपने जासूसों को लेकिन यहाँ पे जो और तलब बात वो ये है कि डैनियल कहता है कि जब मैं वापस आया हूँ तो मुझे 15,000 रुपया देकर फारिग कर दिया उन्होंने बेचारे ने 4 साल जेल भी काटी अब उसकी जो बीवी है वो बर्तन धोकर जो है गुजारा करती है घर का तो इसके लिए बहुत से सबक है उन लोगों के लिए जो लालच में आके अपना घर बार छोड़ के दूसरे ममालिक में जाते हैं दहशतगर्दी करने के लिए और उनका अंजाम क्या होता है और इसमें जो सबसे जबरदस्त बात और मजे की बात यह है कि उसने इस बात का इंकशाफ किया है कि पाकिस्तान के कोई भी बंदा जो है वो जासूसी के लिए यहाँ पे नहीं आता भारत की खुफिया एजेंसी राही है जो पाकिस्तान ने जो है मुख्तलिफ तरीके से जो है लोगों को पैसे का लालच देकर जो है दहशतगर्दी के लिए पाकिस्तान भेजता है अब देखना यह है कि जिन साहब ने ये सारी बातें प्रो पंजाब टीवी है अब उनके साथ क्या होगा ये तो बात की बात है डैनियल के साथ क्या होगा क्योंकि मजीद सोशल मीडिया पर बात फैलेगी तो ऑनलाइन के हालतों में रैम करें क्योंकि सच बोलने वाले का तो अंजाम है वो बुरा ही होता है दुनिया के अंदर ये अभी खबर सोशल मीडिया पर ज्यादा वायरल नहीं हुई है हो जाएगी 2-3 घंटे तक सबसे पहले हम आपके पास खबर लेकर आए हैं अपना बहुत ख्याल रखें सब्सक्राइब करें लाइक करें और दोस्तों के साथ शेयर करें।